ਰੁਪਿੰਦਰ ਸਿੰਘ ਐਕਚੁਅਲੀ ਇੱਦਾਂ ਆ, ਜਿਹੜਾ ਸਫਾਈ ਦਾ ਠੇਕਾ ਉਹ ਆਪਾਂ ਠੇਕੇਦਾਰ ਨੂੰ ਦਿੱਤਾ ਹੋਇਆ ਆ, ਅਤੇ ਠੇਕੇਦਾਰ ਨੂੰ ਆਪਾਂ ਹਦਾਇਤ ਕਰ ਦਿੱਤੀ ਹੈ ਵੀ ਡੇਲੀ ਸਫਾਈ ਕੀਤੀ ਜਾਵੇ, ਅਤੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈਗਾ ਆ ਪ੍ਰੋਪਰ ਜਿਹੜੇ ਕੂੜੇ ਦੇ ਜੇ ਕੋਈ ਢੇਰ ਲੱਗਾ ਹੋਵੇ ਉਹ ਆਪਾਂ ਚੁਕਾ ਲਾਂਗੇ। ਇਹ 1 ਅਪ੍ਰੈਲ ਤੋਂ ਹੀ ਵੈਸੇ ਠੇਕਾ ਸਟਾਰਟ ਹੁੰਦਾ ਹੈ, ਕਿ ਠੇਕਾ ਜਿਹੜਾ ਲੇਟ ਚੜਿਆ ਮਈ ਦੇ ਵਿੱਚ ਚੜਿਆ। ਉੱਤੇ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਬਾਹਰਲੇ ਪਾਸੇ ਇੱਕ ਕੰਧ ਸ਼ਾਇਦ ਟੁੱਟੀ ਸੀਗੀ, ਬਾਹਰੋਂ ਕਲੋਨੀ ਵਾਲਿਆਂ ਨੇ ਜਿਹੜਾ ਕੂੜਾ ਕਰਕਟ ਸਿੱਟਿਆ ਉਹ ਪੁਰਾਣੇ ਢੇਰ ਲੱਗੇ ਆ, ਉਹਨੂੰ ਚੁਕਾਉਣ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਬੜੀ ਆ ਰਹੀ ਹੈ, ਉਹ ਆਪਾਂ ਦੇਖਾਂਗੇ ਜੇ ਕੋਈ ਆੜਤੀ ਨੇ ਗਲੇ ਸਲੇ ਪਿਆਜ਼ ਰੱਖੇ ਹੋ, ਆਪਾਂ ਮਤਲਬ ਉੱਤੇ ਐਕਸ਼ਨ ਲੈ ਲਾਂਗੇ ਜੇ ਕਿਸੇ ਗਲੇ ਸਲੇ ਪਿਆਜ਼ ਪਏ ਹੋਏ ਤਾਂ। ਕਹਿੰਦੇ ਆਪਾਂ ਇਹਦੇ ਰਿਗਾਰਡਿੰਗ ਜਿਹੜੀ ਆ ਆਪਾਂ ਉਹਨੂੰ ਠੇਕੇਦਾਰ ਨੂੰ ਕਰ ਦਿੰਦੇ ਹਦਾਇਤ ਕਰ ਦਿੰਦੇ ਸਖ਼ਤ ਵੀ ਜੇ ਨਾ ਕੀਤੀ ਗਈ ਹਦਾਇਤ ਤਾਂ ਠੇਕਾ ਜਿਹੜਾ ਕੈਂਸਲ ਕਰਤਾ ਜਾਊਗਾ। ਡੇਲੀ ਤਾਂ ਨਹੀਂ, ਰੂਟੀਨ ਚੈੱਕ ਕੀਤੀ ਜਾਂਦੀ ਹੈ, ਮਤਲਬ ਰੈਂਡਮਲੀ ਕੀਤੀ ਜਾਂਦੀ ਹੈ। ਨਹੀਂ ਉਹ ਕਰੋਨਾ ਟਾਈਮ ਜਿਹੜਾ ਸੀਗਾ ਉਹ ਇੰਸਟਰਕਸ਼ਨ ਸੀਗੀ ਆਈ ਆਪਾਂ ਨੂੰ ਰੇਟ ਲਿਸਟ ਲਗਾਉਣ ਦੀ, ਹੁਣ ਇਸ ਸੰਬੰਧੀ ਕੋਈ ਇੰਸਟਰਕਸ਼ਨ ਵਗੈਰਾ ਨਹੀਂ ਹੈਗੀ ਆ। ਇੱਕ ਸਟਾਫ ਵੀ ਘਾਟ ਆ, ਤੇ ਡੇਲੀ ਜਿਹੜੀ ਆ ਰੇਟ ਲਿਸਟ ਜਿਹੜੀ ਲਗਾਉਣੀ ਉਹ ਮੁਸ਼ਕਲ ਆ ਥੋੜ੍ਹੀ। ਇਸ ਸੰਬੰਧੀ ਹੁਣ ਅਸੀਂ ਜਿਹੜੀ ਹੈਗੀ ਆ ਡੇਲੀ ਜਿਹੜੀ ਹੈਗੀ ਆ ਆਪਣੀ ਜਿਹੜੀ ਆ ਰੇਟ ਦੀ ਜਿਹੜੇ ਮੁੱਖ ਏਜੰਸਾਂ ਜਿਹੜੀਆਂ ਹੈਗੀਆਂ ਉਹਦੇ ਰੇਟ ਦੇ ਸੰਬੰਧੀ ਜਿਹੜੀ ਹੈਗੀ ਆ ਆਪਾਂ DMO ਜਲੰਧਰ ਨੂੰ ਰਿਪੋਰਟ ਭੇਜਣੀ ਸ਼ੁਰੂ ਕੀਤੀ ਹੈ ਜੀ, ਅਤੇ ਉਹ ਜਿਹੜੀ ਹੈਗੀ ਆਪਣੀ ਜਿਹੜਾ ਦੂਰਦਰਸ਼ਨ 'ਤੇ ਉਹਦੇ ਰੇਟ ਜਿਹੜੇ ਡਿਸਪਲੇ ਹੋਣੇ ਸ਼ੁਰੂ ਹੋ ਜਾਣਗੇ। ਅਤੇ ਕੂੜਾ ਤੱਕ ਕਦੋਂ ਤੱਕ ਚੱਕਿਆ ਜਾਏਗਾ? ਇੱਕ ਦੋ ਦਿਨਾਂ ਤੱਕ ਚ ਹੋ ਜੂਗਾ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।